ਕੋਰਟ ਨੂੰ ਦੱਸਿਆ ਕਿ ਜਿਹੜਾ ਇਹਨਾਂ ਦਾ ਕਿਸਾਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਸਾਰੇ ਮਾਮਲੇ 'ਚ, ਬਿਕੋਜ਼ ਟਰੈਕਟਰ ਟਰਾਲੀ ਅਤੇ ਟੂ ਵੀਲਰਸ ਤਾਂ ਆਲਰੇਡੀ ਐਗਜ਼ੰਪਟਡ ਹੈ, ਔਰ ਜਿਹੜੇ ਵਿਦਇਨ 20 ਕਿਲੋਮੀਟਰ ਜਿਹੜੇ ਵਿਲੇਜਸ ਹੁੰਦੇ ਆ ਉਹਨਾਂ ਨੂੰ ਅਸੀਂ ਫ੍ਰੀ ਪਾਸ ਵੀ ਇਸ਼ੂ ਕਰਦੇ ਹਾਂ। ਅਸੀਂ ਅਨਫੋਰਚੁਨੇਟਲੀ ਅਸੀਂ ਕੋਰਟ ਨੂੰ ਇਹ ਵੀ ਅਪਰਾਈਜ਼ ਕਰਾਇਆ ਕਿ ਸਾਡੇ ਵਾਸਤੇ ਡਿਫੀਕਲਟੀਜ਼ ਹੋਰ ਵੱਧ ਜਾਂਦੀਆਂ ਜਦ ਸਟੇਟ ਦਾ ਹੀ ਇੱਕ ਮਿਨਿਸਟਰ ਆ ਕੇ 29 ਜੂਨ ਨੂੰ ਧਰਨੇ 'ਤੇ ਬੈਠ ਜਾਂਦਾ। ਟੋਲ ਪਲਾਜ਼ੇ ਦੀ ਗੱਲ ਕਰੀਏ ਤਾਂ ਉਸਦਾ ਰੇਟ ਕਿਹਾ ਜਾ ਰਿਹਾ ਕਿ ਵੱਧ ਹੈ ਜਾਂ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਿਹਾ ਜਾ ਰਿਹਾ ਪੰਜਾਬ ਦੇ ਵਿੱਚ, ਤਾਂ ਕਰਕੇ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਅੰਡਰਸਟੈਂਡਿੰਗ ਦੇ ਲਈ ਉਸਦੇ ਰੇਟ ਦੇ ਵਿੱਚ ਕੋਈ ਘਟਾ ਕੀਤੀ ਆ? ਇਹ ਸਾਰਾ ਕੋਈ ਅਸੀਂ ਕਿਸੇ ਵੀ NHI ਕੋਈ ਵੀ ਟੋਲ ਪਲਾਜ਼ਾ ਆਪਣੇ ਆਪ ਨਹੀਂ ਵਧਾ ਸਕਦੇ। ਸਾਡਾ ਅੱਜ ਦੀ ਰੇਟ 113 ਕਰੋੜ ਦਾ ਆਲਰੇਡੀ ਨੁਕਸਾਨ ਹੋ ਚੁੱਕਿਆ। ਇਹ ਨੈਸ਼ਨਲ ਪ੍ਰੋਪਰਟੀ ਹੈ, ਪਬਲਿਕ ਫੰਡਸ ਨਾਲ ਅਸੀਂ ਡੀਲ ਕਰ ਰਹੇ ਹਾਂ, ਇਹਨੂੰ ਲਾਈਟਲੀ ਲੈ ਕੇ ਤਾਂ ਫਿਰ ਅਸੀਂ ਕਿਤੇ ਵੀ ਟੋਲ ਪਲਾਜ਼ਾ ਚਲਾਉਣਾ ਸਾਡੇ ਵਾਸਤੇ ਬੜਾ ਮੁਸ਼ਕਲ ਹੋ ਗਿਆ। ਕਿਸਾਨਾਂ ਦੇ ਵੱਲੋਂ ਲਗਾਤਾਰ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉੱਥੇ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਉਸ ਮੈਟਰ ਨੂੰ ਲੈ ਕੇ NHAI ਹਾਈ ਕੋਰਟ ਦੇ ਵਿੱਚ ਪਹੁੰਚੀ ਹੈ ਅਤੇ ਅੱਜ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਈ ਹੈ। ਸਾਡੇ ਨਾਲ ਸੀਨੀਅਰ ਐਡਵੋਕੇਟ ਚੇਤਨ ਮਿੱਤਲ ਜੀ ਮੌਜੂਦ ਹੈ, ਗੱਲਬਾਤ ਕਰਦੇ। ਸਰ, ਅੱਜ ਸੁਣਵਾਈ ਦੇ ਵਿੱਚ ਕੀ ਕੁਝ ਖਾਸ ਰਿਹਾ? ਇਹ ਜਿਹੜਾ ਮੈਟਰ ਪਹਿਲਾਂ 2023 'ਚ ਵੀ ਇਹੋ ਜਿਹਾ ਮੈਟਰ ਪੰਜਾਬ ਦੇ ਪਰਟੀਕੁਲਰਲੀ ਮਾਮਲੇ 'ਚ ਆਇਆ ਸੀਗਾ, ਉਸ ਟਾਈਮ ਅਸੀਂ ਹਾਈ ਕੋਰਟ 'ਚ ਰਿਟ ਪਾਈ ਸੀ। ਉਸ ਟਾਈਮ ਵੀ ਕਈ ਜਗ੍ਹਾ ਸਾਡੇ ਟੋਲ ਪਲਾਜ਼ਾ ਇਫੈਕਟ ਹੋਏ ਸੀ। ਇੱਕ ਜਗ੍ਹਾ ਤਾਂ ਟੋਲ ਪਲਾਜ਼ਾ 'ਤੇ ਕੁਲੈਕਸ਼ਨ ਵੀ ਸ਼ੁਰੂ ਹੋਣ ਲੱਗ ਗਈ ਸੀ ਇਲੀਗਲ। ਉਸ ਟਾਈਮ ਕੋਰਟ ਨੇ ਨੋਟਿਸ ਕਰਕੇ DGP ਨੇ ਐਫੀਡੇਵਿਟ ਪਾਇਆ ਸੀ ਕਿ ਅਸੀਂ ਜਿੰਨੇ ਵੀ ਟੋਲ ਪਲਾਜ਼ਾ NHAI 'ਤੇ ਉਹਨਾਂ 'ਤੇ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ। ਸਾਡਾ ਇਹ ਕਹਿਣਾ ਕਿ ਕਿਸੇ ਵੀ ਸਟੇਟ 'ਚ ਜਿੱਥੇ ਵੀ NHAI ਦੀ ਰੋਡ ਹੁੰਦੀ ਹੈ, ਔਰ ਪੰਜਾਬ 'ਚ ਵੀ ਸਾਡਾ ਇੱਕ ਐਗਰੀਮੈਂਟ ਹੁੰਦਾ ਪੰਜਾਬ ਸਟੇਟ ਦੇ ਨਾਲ, ਜਿਸ 'ਚ ਲਾਅ ਐਂਡ ਆਰਡਰ, ਟ੍ਰੈਸਪਾਸਿੰਗ ਜਾਂ ਕੋਈ ਵੀ ਮਾਮਲਾ ਹੈ, ਉਹ ਸਟੇਟ ਦੀ ਡਿਊਟੀ ਹੈ ਟੂ ਉਹਨੂੰ ਰਿਮੂਵ ਕਰਨ ਦੀ। ਔਰ ਉਸ ਦੇ ਰੈਫਰੈਂਸ ਦੇ ਵਿੱਚ ਵੀ ਪਿੱਛੇ DGP ਨੇ ਕੋਰਟ ਨੂੰ ਅਸ਼ੋਰੈਂਸ ਦਿੱਤੀ ਸੀ ਕਿ ਅਸੀਂ ਇਹ ਸਾਰਾ ਉਠਾ ਦਾਂਗੇ। ਉਸ ਤੋਂ ਬਾਵਜੂਦ ਜਦ ਇਹ ਨਹੀਂ ਹੋਇਆ ਤਾਂ ਪਹਿਲਾਂ ਅਪ੍ਰੈਲ ਦੇ ਮਹੀਨੇ 'ਚ ਇੱਕ ਅਟੈਂਪਟ ਹੋਈ ਇਸ ਤਰ੍ਹਾਂ ਦੇ ਬੰਦ ਕਰਨ ਦੀ, ਤਦ ਵੀ ਅਸੀਂ ਐਪਲੀਕੇਸ਼ਨ ਪਾਈ ਸੀ ਤਾਂ ਉਹਦਾ ਵੀ ਨੋਟਿਸ ਹੋਇਆ ਸੀ। ਜੂਨ ਦੇ ਮਹੀਨੇ 'ਚ ਜਿਹੜੇ 4 ਬਹੁਤ ਪਰਟੀਕੁਲਰਲੀ, ਜਿਸ 'ਚ ਲੱਡੋਵਾਲ ਵਾਲਾ ਵੀ ਬਹੁਤ ਇੰਕਲੂਡਿਡ ਹੈਗਾ, ਉਹ ਜਦ ਇੰਸੀਡੈਂਟ ਹੋਇਆ ਤਾਂ ਅਸੀਂ ਛੁੱਟੀਆਂ 'ਚ ਰੈਫਰੈਂਸ ਮੈਂਸ਼ਨ ਕੀਤਾ ਸੀ ਕਿ ਇਸ 'ਚ ਐਮਰਜੈਂਸੀ ਹੈਗੀ, 30 ਜੂਨ ਤੱਕ ਉਹਨਾਂ ਨੇ ਬੰਦ ਕਰ ਦੇਣੇ। ਕੋਰਟ ਨੇ 1 ਜੁਲਾਈ ਡੇਟ ਫਿਕਸ ਕਰਤੀ ਸੀ, ਉਹ ਹੀਅਰਿੰਗ ਅੱਜ ਹੋਈ ਸੀ। ਹੀਅਰਿੰਗ ਦੇ ਦੌਰਾਨ ਅਸੀਂ ਕੋਰਟ ਨੂੰ ਦੱਸਿਆ ਕਿ ਇਹ ਪਹਿਲਾਂ DGP ਨੇ ਅੰਡਰਟੇਕਿੰਗ ਵੀ ਦਿੱਤੀ ਹੋਈ ਹੈ, ਔਰ ਇਹ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਜਾਂ ਜੋ ਵੀ ਹੈ ਉਹ ਸਟੇਟ ਦਾ ਫੰਕਸ਼ਨਰੀਜ਼ ਦਾ ਰੋਲ ਹੈ, ਔਰ ਸਾਡਾ ਅੱਜ ਦੀ ਡੇਟ 'ਚ 113 ਕਰੋੜ ਦਾ ਆਲਰੇਡੀ ਨੁਕਸਾਨ ਹੋ ਚੁੱਕਿਆ ਹੈ। ਜੱਜ ਸਾਹਿਬ ਨੇ ਉਹ ਅਸੀਂ ਸ਼ੀਟ ਵੀ ਪੜ੍ਹਾਈ ਕਿ ਜਿਸ 'ਤੇ ਅਸੀਂ ਟੋਲ ਪਲਾਜ਼ਾ ਟਾਈ ਹਰੇਕ ਦਾ ਦੱਸਿਆ, ਔਰ ਪਰ ਡੇ 1 ਕਰੋੜ ਦਾ ਲੋਸ ਹੋ ਰਿਹਾ। ਸੁਣਨ ਤੋਂ ਬਾਅਦ ਕੋਰਟ ਨੇ ਉਸ ਐਪਲੀਕੇਸ਼ਨ ਦਾ ਨੋਟਿਸ ਦਿੱਤਾ, ਔਰ ਐਡਵੋਕੇਟ ਜਨਰਲ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਅਸਿਸਟ ਕਰਨ ਕੋਰਟ ਨੂੰ 10 ਜੁਲਾਈ ਨੂੰ। ਜਿਸ ਤਰ੍ਹਾਂ ਪਹਿਲਾਂ ਵੀ DGP ਦੇ ਵੱਲੋਂ ਸਿਕਿਉਰਿਟੀ ਦੇ ਬਾਰੇ ਕਿਹਾ ਗਿਆ ਸੀ, ਇਨੀਸ਼ੀਏਟਿਵ ਲਿਆ ਗਿਆ ਸੀ, ਪਰ ਫਿਰ ਵੀ ਲਗਾਤਾਰ ਕਿਸਾਨਾਂ ਦੇ ਵੱਲੋਂ ਅਜਿਹੀ ਪ੍ਰਦਰਸ਼ਨ ਕੀਤੇ ਜਾਂਦੇ, ਟੋਲ ਪਲਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤਾਂ ਉਸ ਨੂੰ ਲੈ ਕੇ ਕੋਈ ਨਵਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਦੀ ਮੰਗ ਕਰੂੰ? ਅਸੀਂ ਬਿਲਕੁਲ ਇਹ ਕਹਿ ਰਹੇ ਹਾਂ ਕਿ ਅਸੀਂ ਇਹ ਵੀ ਕੋਰਟ ਨੂੰ ਦੱਸਿਆ ਕਿ ਜਿਹੜਾ ਇਹਨਾਂ ਦਾ ਕਿਸਾਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ ਸਾਰੇ ਮਾਮਲੇ 'ਚ, ਬਿਕੋਜ਼ ਟਰੈਕਟਰ ਟਰਾਲੀ ਅਤੇ ਟੂ ਵੀਲਰਸ ਤਾਂ ਆਲਰੇਡੀ ਐਗਜ਼ੰਪਟਡ ਹੈ, ਔਰ ਜਿਹੜੇ ਵਿਦਇਨ 20 ਕਿਲੋਮੀਟਰ ਜਿਹੜੇ ਵਿਲੇਜਸ ਹੁੰਦੇ ਆ ਉਹਨਾਂ ਨੂੰ ਅਸੀਂ ਫ੍ਰੀ ਪਾਸ ਵੀ ਇਸ਼ੂ ਕਰਦੇ ਹਾਂ। ਇਹ ਤਾਂ ਸਟੇਟ ਨੂੰ ਹੀ ਸਮਝਾਉਣਾ ਪਏਗਾ ਕਿ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ, ਔਰ ਸਟੇਟ ਦਾ ਰੋਲ ਬਹੁਤ ਫੰਕਸ਼ਨਿੰਗ ਦਾ ਬਹੁਤ ਇੰਪੋਰਟੈਂਟ ਰਹੇਗਾ। ਅਦਰਵਾਈਜ਼ ਤਾਂ NHAI ਦਾ ਕੋਈ ਵੀ ਵਰਕਿੰਗ ਕਿਤੇ ਵੀ ਟੋਲ ਪਲਾਜ਼ਾ 'ਚ ਵਰਕਿੰਗ ਕਰਨਾ ਬੜਾ ਮੁਸ਼ਕਲ ਹੋ ਜਾਏਗਾ, ਕਿਉਂਕਿ ਇਹ ਸਟੇਟ ਦਾ ਫੰਕਸ਼ਨ ਹੈ ਲਾਅ ਐਂਡ ਆਰਡਰ। ਔਰ ਅਸੀਂ ਅਨਫੋਰਚੁਨੇਟਲੀ ਅਸੀਂ ਕੋਰਟ ਨੂੰ ਇਹ ਵੀ ਅਪਰਾਈਜ਼ ਕਰਾਇਆ ਕਿ ਸਾਡੇ ਵਾਸਤੇ ਡਿਫੀਕਲਟੀਜ਼ ਹੋਰ ਵੱਧ ਜਾਂਦੀਆਂ ਜਦ ਸਟੇਟ ਦਾ ਹੀ ਇੱਕ ਮਿਨਿਸਟਰ ਆ ਕੇ 29 ਜੂਨ ਨੂੰ ਧਰਨੇ 'ਤੇ ਬੈਠ ਜਾਂਦਾ। ਸੋ ਇਹ ਜਿਹੜਾ ਮਾਮਲਾ ਪੰਜਾਬ ਦਾ ਹੈਗਾ ਇਹਨੂੰ ਬੜਾ ਸੈਂਸਿਟਿਵ ਨਾਲ ਦੇਖਣਾ ਚਾਹੀਦਾ,
ਔਰ ਕੋਰਟ ਨੇ ਇਸੇ ਕਰਕੇ ਐਡਵੋਕੇਟ ਜਨਰਲ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਪਰਸਨਲੀ ਆ ਕੇ ਕੋਰਟ ਨੂੰ ਅਸਿਸਟ ਕਰਨ ਇਸ ਮਾਮਲੇ। ਨਾਗੋਵਾਲ ਟੋਲ ਪਲਾਜ਼ੇ ਦੀ ਗੱਲ ਕਰੀਏ ਤਾਂ ਉਸਦਾ ਰੇਟ ਕਿਹਾ ਜਾ ਰਿਹਾ ਕਿ ਵੱਧ ਹੈ ਜਾਂ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਿਹਾ ਜਾ ਰਿਹਾ ਪੰਜਾਬ ਦੇ ਵਿੱਚ, ਤਾਂ ਕਰਕੇ ਉਸਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਅੰਡਰਸਟੈਂਡਿੰਗ ਦੇ ਲਈ ਉਸਦੇ ਰੇਟ ਦੇ ਵਿੱਚ ਕੋਈ ਘਟਾਤ ਕੀਤੀ ਆ? ਇਹ ਸਾਰਾ ਕੋਈ ਅਸੀਂ ਕਿਸੇ ਵੀ NHAI ਕੋਈ ਵੀ ਟੋਲ ਪਲਾਜ਼ਾ ਆਪਣੇ ਆਪ ਨਹੀਂ ਵਧਾ ਸਕਦੀ, ਇਹਦੇ ਸੈਂਟਰ ਦੇ ਐਕਟ ਐਂਡ ਰੂਲਸ ਬਣੇ ਹੋਏ ਆ, ਰੂਲਸ 'ਚੋਂ ਫਾਰਮੂਲਾ ਦਿੱਤਾ ਹੋਇਆ, ਉਹਦੇ ਰੂਲਸ ਦੇ ਮੁਤਾਬਿਕ ਹੀ ਪੂਰੇ, ਇਹ ਇਕੱਲੇ ਸਟੇਟ ਆਫ ਪੰਜਾਬ 'ਚ ਨਹੀਂ ਹੈ, ਪੂਰੇ ਹਿੰਦੁਸਤਾਨ ਦੇ ਰੇਟਸ ਵੀ ਉਸੇ ਰੂਲਸ ਦੇ ਮੁਤਾਬਿਕ ਹੁੰਦੇ ਹੈ। ਕੋਈ ਇਹ ਕੋਈ ਗਾਈਡਲਾਈਨਸ ਨਹੀਂ ਹੈ, ਕੋਈ ਇਹ ਪਰਟੀਕੁਲਰ ਇੱਕ ਟੋਲ ਪਲਾਜ਼ਾ ਦਾ ਮਾਮਲਾ ਨਹੀਂ ਹੈ, ਇਹ ਓਵਰਆਲ ਜਿਹੜੇ ਇੰਡੀਆ ਦੇ ਰੇਟਸ ਹੈ ਉਹ ਰੂਲਸ ਦੇ ਮੁਤਾਬਿਕ ਹੀ ਹੁੰਦੇ ਹੈ। ਔਰ ਉਸਦੇ ਕਰਕੇ ਮੈਂ ਬਾਰ ਬਾਰ ਇਹ ਕਹਿ ਰਿਹਾ ਕਿ ਲੋਕਾਂ ਨੂੰ ਸਮਝਾਉਣ ਵਾਲੀ ਗੱਲ ਹੈ ਕਿ ਟਰੈਕਟਰ ਟਰਾਲੀ ਜਾਂ ਕਿਸੇ ਟੂ ਵੀਲਰਸ ਦੇ ਤਾਂ ਪਹਿਲਾਂ ਹੀ ਐਗਜ਼ੰਪਟਡ ਹੈ, ਜਿਹੜੇ ਆਸ ਪਾਸ ਦੇ ਪਿੰਡ ਹੈ ਉਹਨਾਂ ਨੂੰ ਅਸੀਂ ਫ੍ਰੀ ਪਾਸਿਸ ਦਿੰਦੇ ਹਾਂ, ਅਤੇ ਇਹ ਮਾਮਲਾ ਕੋਈ ਇਹਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ, ਇਹ ਤਾਂ ਪੋਲੀਟੀਕਲ ਮੁੱਦਾ ਲੱਗਦਾ ਹੈ। ਇਸ ਨੂੰ ਸਰਕਾਰ ਦੇ ਅਸੀਂ ਇਹੀ ਕਿਹਾ ਕਿ ਇਹਨੂੰ ਸੁਲਝਾ ਕੇ, ਇਹ ਨੈਸ਼ਨਲ ਪ੍ਰੋਪਰਟੀ ਹੈ, ਪਬਲਿਕ ਫੰਡਸ ਨਾਲ ਅਸੀਂ ਡੀਲ ਕਰ ਰਹੇ ਹਾਂ, ਇਹਨੂੰ ਲਾਈਟਲੀ ਲੈ ਕੇ ਤਾਂ ਫਿਰ ਅਸੀਂ ਕਿਤੇ ਵੀ ਟੋਲ ਪਲਾਜ਼ਾ ਚਲਾਉਣਾ ਸਾਡੇ ਵਾਸਤੇ ਬੜਾ ਮੁਸ਼ਕਲ ਹੋ ਜਾਏਗਾ। ਅਗਲੀ ਸੁਣਵਾਈ ਕਦੋਂ ਹੋਵੇਗੀ? 10 ਤਰੀਕ ਵਾਸਤੇ ਰੱਖੀਏ। ਤਾਂ ਬਿਲਕੁਲ ਹੁਣ 10 ਤਰੀਕ ਨੂੰ ਇਸ ਮਾਮਲੇ ਦੇ ਉੱਤੇ ਦੁਬਾਰਾ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਜਿਸ ਤਰ੍ਹਾਂ ਕਿਹਾ ਗਿਆ ਹੈ ਕਿ ਟੋਲ ਪਲਾਜ਼ੇ ਦੇ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਲਾਡੋਵਾਲ ਟੋਲ ਪਲਾਜ਼ਾ ਅਤੇ ਬਾਕੀ ਕਾਫੀ ਟੋਲ ਪਲਾਜ਼ੇ ਹਨ ਜਿੱਥੇ ਧਰਨਾ ਲਗਾਇਆ ਜਾਂਦਾ ਹੈ, ਟੋਲ ਪਲਾਜ਼ੇ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਮੁੱਦੇ ਨੂੰ ਲੈ ਕੇ NHAI ਦੇ ਵੱਲੋਂ ਹਾਈਕੋਰਟ ਦਾ ਰੁਖ ਕੀਤਾ ਗਿਆ ਸੀ, ਤਾਂ ਹਾਈਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਪੱਕ ਰੱਖਿਆ ਗਿਆ ਹੈ ਕਿ ਆਲਰੇਡੀ ਹੀ ਟਰੈਕਟਰ ਅਤੇ ਟਰਾਲੀਆਂ ਤਾਂ ਫ੍ਰੀ ਹੀ ਹਨ, ਅਤੇ ਟਰੈਕਟਰ ਟਰਾਲੀਆਂ ਫ੍ਰੀ ਹੋਣ ਦੇ ਨਾਲ ਨਾਲ ਅਸੀਂ ਟੂ ਵੀਲਰ ਵੀ ਫ੍ਰੀ ਕੀਤੇ ਹੋਏ ਹਨ, ਅਤੇ ਉਸਦੇ ਨਾਲ ਹੀ ਆਉਣ ਜਾਣ ਵਾਲੇ ਘੱਟੋ ਘੱਟ 15 ਤੋਂ 20 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਿਹੜੇ ਪਿੰਡ ਆਉਂਦੇ ਹਨ ਉਹਨਾਂ ਨੂੰ ਵੀ ਫ੍ਰੀ ਪਾਸਿਸ ਵੰਡੇ ਹੋਏ ਹਨ, ਤਾਂ ਉਸਦੇ ਵਿੱਚ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਪਰੇਸ਼ਾਨੀ ਨਹੀਂ ਆਉਂਦੀ, ਜਿਸ ਦੇ ਕਾਰਨ ਲਗਾਤਾਰ NHAI ਦਾ ਨੁਕਸਾਨ ਹੋ ਰਿਹਾ, ਜਿਸ ਦੇ ਕਰਕੇ ਹੁਣ ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਨੋਟਿਸ ਦਿੱਤਾ ਗਿਆ ਹੈ, ਅਤੇ ਅਗਲੀ ਸੁਣਵਾਈ 10 ਤਰੀਕ ਨੂੰ ਹੋਵੇਗੀ। ਤਾਂ ਦੇਖਣਾ ਹੋਵੇਗਾ ਕਿ ਹੁਣ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਆਪਣੇ ਮੁੱਦੇ ਚੁੱਕੇ ਜਾਂਦੇ ਨੇ ਅਤੇ ਦੂਜੇ ਪਾਸੇ NHAI ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ, ਤਾਂ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਹਰਿਆਣਾ ਹਾਈਕੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਉੱਤੇ ਕੀ ਫੈਸਲਾ ਕਰਦੀ ਹੈ। ਵੀਡੀਓ ਜਰਨਲਿਸਟ ਸੰਦੀਪ ਦੇ ਨਾਲ ਇੰਦਰ ਸਿੱਧੂ, ABP ਸਾਂਝਾ, ਚੰਡੀਗੜ੍ਹ।